ਗੁੱਡ ਮਾਰਨਿੰਗ ਜੀ। ਤਰੀਕ 28 ਜੂਨ, ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ਼। ਅਤੇ ਅੱਜ ਚੱਲ ਰਿਹਾ ਸੀ ਇੱਥੋਂ ਗੋਬਿੰਦ ਘਾਟ ਵਾਸਤੇ। ਟਾਈਮ ਹੋ ਰਿਹਾ ਸਵੇਰ ਦੇ 8:20, 8:30 ਹੋਣ ਵਾਲੇ ਆ। ਸਾਰੇ ਆਪਣੇ ਨਾਲ ਦੇ ਮਿੱਤਰ ਪਿਆਰੇ ਨਹਾ ਧੋ ਕੇ ਤਿਆਰ ਨੇ ਸਾਰੇ, ਅਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਇੱਥੇ ਮੱਥਾ ਟੇਕਣ। ਫਿਰ ਚਾਹ ਪਾਣੀ ਦਾ ਲੰਗਰ ਵਗੈਰਾ ਛੱਕ ਕੇ, ਅਤੇ ਗੱਡੀ ਵਾਲਿਆਂ ਨਾਲ ਵੈਸੇ ਰਾਤ ਅਸੀਂ ਗੱਲ ਕਰ ਲਈ ਆ, 500 ਰੁਪਇਆ ਦਾ ਰੇਟ ਤੋਂ ਉਹਨਾਂ ਦੀ ਗੱਲ ਕੀਤੀ ਸੀ, ਅਤੇ ਹੁਣ ਦੇਖਦੇ ਹਾਂ ਕਿ 500 ਦੇ ਵਿੱਚ ਮੰਨਦੇ ਆ ਜਾਂ ਕਿੱਦਾਂ ਕੀ ਕਹਿੰਦੇ ਆ। ਵੈਸੇ ਨੋਰਮਲ ਰੇਟ 800 ਵੀ ਚੱਲਦਾ, ਪਰ ਥੋੜ੍ਹਾ ਜਿਹਾ ਨਾ ਇੱਥੇ ਕੰਪੀਟੀਸ਼ਨ 'ਚ ਚੱਲ ਰਿਹਾ, ਉਹਦੇ ਕਰਕੇ ਇਹ ਆਪਸ ਇੱਕ ਦੂਜੇ ਨਾਲ ਦੇਖ ਰਹੇ ਆ ਵੀ ਰੇਟ ਕਾਫੀ ਲੋਅ ਦੇ ਰਹੇ ਆ। ਅਤੇ ਬੱਸ ਦਾ ਕਿਰਾਇਆ ਵੀ ਸ਼ਾਇਦ 400-500 ਰੁਪਈਆ ਹੀ ਆ, ਉਹਦੇ ਕਰਕੇ ਸਾਨੂੰ ਗੱਡੀ ਵਾਲਾ ਲੋਡ ਰਹੂਗਾ। ਅਤੇ ਆਹ ਮੁੰਡੇ ਵੀ ਨਾਲ ਤੁਰ ਕੇ ਉਹਨਾਂ ਦੀ ਮੱਥਾ ਟੇਕ ਆਈਏ, ਅਤੇ ਮੱਥਾ ਟੇਕ ਕੇ ਫਿਰ ਮਿਲਦੇ ਹਾਂ ਤੁਹਾਨੂੰ ਗੱਡੀਆਂ ਕੋਲੇ। ਆਪਣੇ ਬੰਦਿਆਂ ਨੇ ਥੋੜਾ ਕੰਮ ਖਰਾਬ ਕਰਤਾ, ਰਾਤ ਗੱਡੀ ਬੁੱਕ ਕਰਨ ਵਾਸਤੇ ਭੇਜਿਆ ਸੀ ਇਹਨਾਂ ਨੂੰ, ਤੇ ਇਹ ਭਾਈ ਸਾਹਿਬ ਨੇ ਗੱਲ ਕਰਕੇ ਚਲੇ ਗਏ, ਉਹਨਾਂ ਨੂੰ ਪੈਸੇ ਵਗੈਰਾ ਦਿੱਤੇ ਨੀ, ਉਹਦੇ ਕਰਕੇ ਵੈਸੇ ਹੁਣ ਲੋੜ ਤਾਂ ਆ ਗਿਆ ਕੰਮ। ਹਾਂ, ਗੱਡੀ ਅਸੀਂ ਖੁਦ ਬੁੱਕ ਕੀਤੀ ਆ, 600 ਰੁਪਏ ਦੀ ਗੱਲ ਹੋਈ ਆ, 4 ਬੰਦਿਆਂ ਦੀ ਟਾਟਾ ਸੂਮੋ ਕਰ ਲਈ ਕਾਫੀ ਟਾਈਮ ਬਾਅਦ, ਅਤੇ ਹੁਣ ਚੱਲਣ ਸਾਰੀਆਂ ਸਵਾਰੀਆਂ ਪੂਰੀਆਂ ਹੋ ਗਈਆਂ, 8 ਸਵਾਰੀਆਂ ਲੈ ਕੇ ਜਾ ਰਹੇ ਆ। ਕਿਰਾਏ ਇਹਨਾਂ ਦੇ ਅਲੱਗ ਅਲੱਗ ਰਹਿੰਦੇ ਆ, ਜਿੱਦਾਂ ਬਾਹਰਲੇ ਏਜੰਟਾਂ ਨਾਲ ਪੰਗਾ ਲੈਂਦੇ ਆ ਤਾਂ ਉਹ ਆਪਣਾ ਵਿੱਚ ਆਪਦਾ 100 ਲਾ ਲੈਂਦੇ ਆ, 5,000। ਅਤੇ ਜੇ ਪ੍ਰਾਈਵੇਟ ਗੱਡੀ ਦੀ ਗੱਲ ਕਰੀਏ ਅਸੀਂ, ਪ੍ਰਾਈਵੇਟ ਗੱਡੀ ਵੀ 5,000-4,500 ਚਾਰਜ ਕਰ ਲੈ ਜਾਂਦੇ ਆ, 5,000 ਰੁਪਏ ਦੀ ਗੱਲ। ਅਤੇ ਉਸ ਹਿਸਾਬ ਨਾਲ ਹੀ ਸਾਰਾ ਚੱਲੀ ਗਿਆ ਕੰਮ ਆਪਣਾ। ਅਤੇ ਹੁਣ ਅਸੀਂ ਗੱਡੀ ਦੀ ਗੱਲ ਕੀਤੀ ਆ 600 ਰੁਪਏ ਦੇ ਵਿੱਚ ਸ਼ੇਅਰਿੰਗ ਟੈਕਸੀ, ਚੱਲਦੇ ਹਾਂ ਤੁਹਾਨੂੰ ਮਿਲਦੇ ਹਾਂ ਰਸਤੇ ਦੇ ਵਿੱਚ, ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ ਸਾਰਾ ਦੱਸਾਂਗੇ। ਅਤੇ ਮੌਸਮ ਬਹੁਤ ਸੋਹਣਾ ਹੋ ਚੁੱਕਿਆ, ਦਿਖਾਉਂਦੇ ਤੁਹਾਨੂੰ ਇੱਕ ਮਿੰਟ, ਬੱਦਲਾਂ ਭਰਿਆ ਪਿਆ। ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਪੈਟਰੋਲ ਪੰਪ ਆ, ਇੱਥੇ ਖੜੀ ਆਪਣੀ ਗੱਡੀ ਜਿੱਥੋਂ ਆਪਾਂ ਚੱਲਣ ਲੱਗੇ ਹਾਂ। ਅਤੇ ਸਾਹਮਣੀ ਪਹਾੜੀ ਦੇਖੋ, ਜਿੱਧਰ ਹੈਗਾ ਨੀਲਕੰਠ ਮੰਦਿਰ ਆ, ਉਹ ਸਾਹਮਣੀ ਪਹਾੜੀ ਦੇ ਬਿਲਕੁਲ ਸੱਜੇ ਹੱਥ ਰਿਸ਼ੀਕੇਸ਼ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ, ਉੱਧਰੋਂ ਕਾਫੀ ਵਧੀਆ ਵਿਊ ਦੇਖ ਰਿਹਾ, ਪੂਰੇ ਬੱਦਲ ਹੋ ਚੁੱਕੇ ਸਾਰੇ ਪਾਸੇ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਅਤੇ ਗੱਡੀ ਆਪਣੀ ਭਾਈ ਬਿਲਕੁਲ ਟਾਈਮ 'ਤੇ ਤੁਰ ਪਈ, ਅਤੇ ਮੌਸਮ ਪੂਰਾ ਸੋਹਣਾ ਸੁਹਾਵਣਾ ਹੋ ਚੁੱਕਿਆ ਵਾ, ਅਤੇ ਬਿਲਕੁਲ ਟਾਈਮ 'ਤੇ ਹਾਂ। 10 ਵਜੇ ਤੁਰੇ ਹਾਂ, ਅਤੇ ਅੰਦਾਜ਼ਾ ਗਾ ਵੀ 4-5 ਵਜੇ ਤੱਕ ਪਹੁੰਚ ਜਾਵਾਂਗੇ। ਅਤੇ ਜੇ ਵੀ ਥੋੜ੍ਹਾ ਬਹੁਤਾ ਜੇ ਕਾਫੀ ਨਾ ਡਲੇ ਹੋਇਆ ਤਾਂ
ਬਾਕੀ ਟਾਈਮ ਦਾ ਇਹਦਾ ਕੁਛ ਨਹੀਂ ਪਤਾ। ਰਿਸ਼ੀਕੇਸ਼ ਆਊਟਰ 'ਤੇ ਘੁੰਮ ਰਹੇ ਹਾਂ, ਹਰਿਦੁਆਰ, ਦਿੱਲੀ, ਪੰਜਾਬ, ਹਰਿਆਣਾ, ਇੱਧਰ ਲੱਗਿਆ ਬੋਰਡ, ਇੱਥੋਂ ਸਾਰੇ ਲਿਖੇ ਹੋਏ ਆ। ਇੱਧਰ ਹਲੇ ਸ਼ੁਰੂ 'ਚ ਜਾਮ ਕਾਫੀ ਮਿਲ ਗਿਆ ਆਪਾਂ ਨੂੰ। ਬੰਜੀ ਜੰਪ ਦੇ ਨੇ ਯਾਰ, ਸਪਲੈਸ਼ ਬੰਜੀ ਫੀਲਡ ਵਰਕਸ਼ਾਪ ਬਾਹਰੋਂ ਹੁੰਦੇ ਆ। ਪਹੁੰਚ ਚੁੱਕੇ ਹਾਂ ਜੀ ਦੇਵਪ੍ਰਯਾਗ, ਅਤੇ ਸਾਹਮਣੇ ਸੰਗਮ ਹੋ ਰਿਹਾ ਵਾ, ਭਗੀਰਥੀ ਨਦੀ ਜਿਹੜੀ ਕਿ ਖੱਬੇ ਹੱਥੋਂ ਆ ਰਹੀ ਆ। ਖੱਬੇ ਹੱਥ ਵੈਸੇ ਤੁਹਾਨੂੰ ਬਾਬਾ ਦਿਖ ਰਿਹਾ ਹੋਊਗਾ, ਆਪਾਂ ਤੁਹਾਨੂੰ ਅੱਗੇ ਜਾ ਕੇ ਥੋੜ੍ਹਾ ਦਿਖਾਉਂਦੇ ਹਾਂ। ਸਾਹਮਣੇ ਆ ਰਹੀ ਅਲਕਨੰਦਾ, ਪਾਣੀ ਫੁੱਲ ਆ ਇਹਦੇ ਵਿੱਚ, ਅਤੇ ਜਿਹੜੀ ਖੱਬੇ ਹੱਥੋਂ ਤੋਂ ਆ ਰਹੀ ਆ ਭਗੀਰਥੀ ਨਦੀ, ਥੋੜ੍ਹਾ ਤੁਹਾਨੂੰ ਵਿਊ ਘੱਟ ਦਿਖੂਗਾ ਵੈਸੇ, ਬਿਲਕੁਲ ਅੱਗੇ ਜਾਣਾ ਪਊ ਉਹਦੇ ਵਾਸਤੇ, ਉਹ 'ਚ ਪਾਣੀ ਕਹਿੰਦੇ ਘੱਟ ਆ, ਅਤੇ ਇੱਥੋਂ ਅੱਗੇ ਜਾ ਕੇ ਇਹ ਨਦੀ ਬਣ ਗਈ ਗੰਗਾ ਨਦੀ। ਪਾਣੀ ਦਾ ਉੱਧਰੋਂ ਦਾ ਫਲੋ ਬਹੁਤ ਜ਼ਿਆਦਾ ਗਾ ਅਲਕਨੰਦਾ ਦਾ, ਅਤੇ ਥੋੜ੍ਹੀਆਂ ਸਿਹਤਾਂ ਢਿੱਲੀਆਂ ਜਿਹੀਆਂ ਹੋ ਰਹੀਆਂ ਨੇ, ਤਾਂ ਕਰਕੇ ਥੋੜ੍ਹੇ ਚੱਲਦੇ ਆ ਜੂਸ ਵਗੈਰਾ। ਚਲੋ ਚੱਲਦੇ ਹਾਂ ਤੋਂ ਅੱਗੇ। ਬਾਬਾ ਜੀ ਸੌਂ ਗਏ, ਹੁਣ ਨੀਂਦ ਆਉਣ ਲੱਗੀ ਆ ਬਾਬਾ ਜੀ, ਉਹ ਆਵਾਜ਼ਾਂ ਮਾਰਦਾ ਗਾ ਡਰਾਈਵਰ। ਟਾਈਮ ਦੁਪਹਿਰ ਦੇ 3 ਵੱਜ ਗਏ, ਅਤੇ ਪਹੁੰਚ ਗਏ ਹਾਂ ਗੁਰਦੁਆਰਾ ਦਮਦਮਾ ਸਾਹਿਬ ਨਗਾਰਤੂ। ਪ੍ਰਸ਼ਾਦੇ ਵਗੈਰਾ ਛਕ ਲਏ, ਅਤੇ ਸਿਹਤਾਂ ਥੋੜ੍ਹੀਆਂ ਜਿਹੀਆਂ ਢਿੱਲੀਆਂ ਸੀ ਬੰਦਿਆਂ ਦੀਆਂ, ਲੋਕ ਦੀਆਂ, ਸਾਡੀਆਂ, ਮੇਰਾ ਵੀ ਥੋੜ੍ਹਾ ਸਰੀਰ
ਹੋ ਗਿਆ ਸੀਗਾ ਪਹਿਲਾਂ ਤਾਂ ਸ਼ੁਰੂ 'ਚ, ਅਤੇ ਇੱਕ ਬੰਦਾ ਥੋੜ੍ਹਾ ਵੱਧ ਡੇ ਲਾਈ ਸਾਡਾ ਆਪਣਾ ਮੁੰਡਾ ਆਹ ਲਿਟਿਆ ਪਿਆ ਥੋੜ੍ਹਾ ਜਿਹਾ, ਅਤੇ ਪਰ ਹੁਣ ਪ੍ਰਸ਼ਾਦ ਦੇ ਛੱਕ ਕੇ ਥੋੜ੍ਹਾ ਸਰੀਰ ਸੈੱਟ ਹੋਇਆ, ਐਨਰਜੀ ਜੀ ਮਿਲੀ ਆ ਦੁਬਾਰੇ। ਪਿੱਛੇ ਆਪਣੇ ਨਦੀ ਵਗ ਰਹੀ ਆ, ਅੱਗੇ ਜਾ ਕੇ ਗੰਗਾ 'ਚ ਰਲੂਗੀ ਜਿਹੜੀ ਦੇਵਪ੍ਰਯਾਗ ਸੰਗਮ 'ਤੇ। ਹਲੇ ਵੀ 3-4 ਘੰਟੇ ਦਾ ਰਾਹ ਬਾਕੀ ਆ ਲਗਭਗ, ਇੱਥੋਂ ਪਹੁੰਚਦੇ ਹਾਂ ਹੌਲੀ ਹੌਲੀ ਅਤੇ ਤੁਹਾਨੂੰ ਦੱਸਦੇ ਹਾਂ। ਅਸਲ 'ਚ ਹੋਰ ਮੈਂ ਜ਼ਿਆਦਾ ਸ਼ੂਟ ਕੀਤਾ ਨਹੀਂ ਰਾਹ ਦੇ ਵਿੱਚ, ਥੋੜ੍ਹਾ ਨਾ ਸਰੀਰ ਜ਼ਿਆਦਾ ਮਤਲਬ ਸਿਰ ਜਾਂ ਚਕਰਾ ਰਿਹਾ ਸੀਗਾ ਤਾਂ ਕਰਕੇ। ਇੱਧਰ ਬਾਬਾ ਜੀ ਸਾਡੇ ਲੇਟੇ ਹੋਏ, ਉਹ ਕਹਿੰਦੇ ਸਾਡੀ ਫੋਟੋ ਵੀ ਲਓ। ਬਾਬਾ ਜੀ ਕੀ ਹਾਲ ਚਾਲ? ਬਾਬਾ ਜੀ ਦਾ ਲੋਟਾ ਮੂਹਰੇ ਇਕੱਲੇ ਹੋਏ ਬੈਠੇ ਆ, ਇਹਨਾਂ ਨੂੰ ਅਗਰ ਲਾਉਣੇ ਆ ਗੱਡੀ 'ਚ ਹੁਣ। ਚੰਗਾ, ਅੱਗੇ ਮਿਲਦੇ ਜਾ ਕੇ। ਬਾਬਾ ਤਾਂ ਹੀ ਉੱਥੇ ਬਾਹਲਾ ਕੁਛ ਆ ਸਿਸਟਮ ਉੱਪਰ ਡਿਸਟ੍ਰਿਕਟ ਹੈੱਡਕੁਆਰਟਰ ਜ਼ਿਲ੍ਹੇ ਦਾ। ਪਹੁੰਚ ਚੁੱਕੇ ਹਾਂ ਪਿੱਪਲ ਕੋਟੀ, ਪਾਰ ਕਰ ਲਿਆ ਜੋਸ਼ੀ ਮੱਠ, 30-35 ਕਿਲੋਮੀਟਰ ਦੇ ਕਰੀਬ ਆ ਇੱਥੋਂ। ਸਾਹਮਣੇ ਫੁੱਲ ਜਾਮ ਸੀਗਾ ਤਾਂ ਕਰਕੇ ਰੁਕੇ ਹੋਏ ਹਾਂ ਇੱਥੇ ਥੋੜ੍ਹਾ।
ਸਾਹਮਣੇ ਦੇਖੋ ਇੱਧਰ ਤੇ ਪੁੱਲ ਜਾਮ ਆ ਪਿੱਛੇ ਆਪਣੇ, ਦੈਨ ਹੁਣ ਚੱਲਣ ਲੱਗੇ ਹਾਂ 5-4 ਮਿੰਟ 'ਚ ਬੱਸ, ਅਤੇ 2 ਘੰਟਿਆਂ 'ਚ ਪਹੁੰਚ ਜਾਵਾਂਗੇ ਗੋਬਿੰਦ ਘਾਟ। ਹੁਣ ਥੋੜ੍ਹੇ ਸਰੀਰ ਸੈੱਟ ਵੀ ਆ ਅਤੇ ਮੌਸਮ ਵੀ ਥੋੜ੍ਹਾ ਵਧੀਆ ਹੋ ਗਿਆ। ਆ ਰਹੀ ਆ ਸਾਡੀ ਗੱਡੀ ਜੋਸ਼ੀਮਠ ਤੋਂ, ਰਹਿ ਗਿਆ 20 ਕਿਲੋਮੀਟਰ ਅਤੇ ਆਹ ਥੋੜ੍ਹਾ ਰੈਸਕੀ ਕੰਮ ਹੋ ਗਿਆ, ਸਲਾਈਡਿੰਗ ਹੋ ਚੁੱਕੀ ਹੈ ਇੱਥੇ। ਦੇਖੋ ਇੰਨੇ ਖਤਰਨਾਕ ਪਹਾੜਾਂ ਖਾਤਰ ਥੋੜ੍ਹੀ ਜਿਹਾ ਬਲੌਗ ਬਣਾ ਰਹੇ ਹਾਂ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਬੱਸ ਬਰਨਾਲੇ ਤੋਂ ਲੈ ਕਰ ਦਿਓ ਸਾਰੇ ਜਾਣੇ। ਸਾਹਮਣੇ ਦੇਖੋ ਥੋੜ੍ਹੇ ਥੋੜ੍ਹੇ ਪਿੰਡ ਪਹਾੜੀਆਂ 'ਚ, ਅਤੇ ਬਾਈ ਸਾਡਾ ਥੋੜ੍ਹਾ ਬਹੁਤ ਤੇਜ਼ ਚੱਕਮਾ ਕੰਮ ਆ, ਖਿੱਚੀ ਜਾਂਦਾ ਗੱਡੀ ਨੂੰ, ਓਵਰਟੇਕ ਅਤੇ ਓਵਰਟੇਕ ਹੋ ਰਹੇ ਆ। ਕੋਈ ਗੱਡੀ ਨਹੀਂ ਅਸੀਂ ਛੱਡੀ ਜਿਹੜੀ ਅਸੀਂ ਨਾ ਕੱਟੀ ਹੋਵੇ, ਅਤੇ ਆਹ ਬਾਈ ਹੁਣੇ ਜਾ ਰਹੇ ਆ ਪੈਦਲ ਯਾਤਰਾ ਵਾਲੇ, ਲੰਘ ਗਏ ਤੁਹਾਨੂੰ ਦਿਖੇ ਨਹੀਂ ਹੋਣੇ ਸਮਾਰ ਕੇ। ਹਾਏ ਮੌਸਮ ਬਹੁਤ ਠੰਡਾ ਹੋ ਚੁੱਕਿਆ ਵਾ, ਅਤੇ ਅਸੀਂ ਸਾਹਮਣੇ ਦੇਖੋ ਤਾਂ ਉੱਧਰ ਧੁੱਪ ਦੇਖ ਰਹੀ ਹੈ ਦੂਰ ਤੱਕ, ਆਹ ਸਾਡੇ ਬੰਦੇ ਨੂੰ ਥੋੜ੍ਹਾ ਟਾਈਮ ਪਹਿਲਾਂ ਬਰਫ਼ ਵੀ ਦਿਖੀ ਸੀ, ਐਵੇਂ ਅੰਨਾ ਹੋਇਆ ਵਾ ਇਹ ਥੋੜ੍ਹਾ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ 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 ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ, 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 ਵਾਹਿਗੁਰੂ 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 ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ।
ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਜੀ ਕੀ ਫਤਿਹ ਮੇਰਾ ਰੁਤੇ ਨਗਰ ਜੰਗ ਭਾਵੇਂ ਸਾਰਾ ਰੁਸ ਟਾਈਮ ਰਾਤ ਦੇ ਵੱਜ ਗਏ 9 ਅਤੇ ਪਹੁੰਚ ਗਏ ਅਸੀਂ ਘੰਟਾ ਡੇਢ ਘੰਟਾ ਹੋ ਗਿਆ ਨਾ ਬਾਬਾ ਜੀ ਆਪਾਂ ਨੂੰ ਡੇਢ ਘੰਟਾ ਪਹਿਲਾਂ ਪਹੁੰਚੇ ਸੀ ਗੋਬਿੰਦ ਘਾਟ ਅਤੇ ਇੱਧਰ ਆਪਾਂ ਕਮਰਾ ਇੱਥੇ ਹੀ ਲੈ ਲਿਆ ਕਿਰਾਏ 'ਤੇ ਗੁਰਦੁਆਰਾ ਸਾਹਿਬ ਜਾਣ ਦੀ ਸਾਡੀ ਹਿੰਮਤ ਨਹੀਂ ਪਈ ਸੀਗਾ ਕਿਤੇ ਦੁਬਾਰਾ ਸਾਨੂੰ ਨਾ ਗੇੜਾ ਨਾ ਲਾਉਣਾ ਪੈ ਜੇ ਪੂਰੇ ਖੜਦੇ ਬਾਬਾ ਜੀ 2 ਮਿੰਟ ਅਤੇ ਬਈ ਕਈ ਵਾਰੀ ਨਾ ਮੁੜ ਕੇ ਫੈਮਿਲੀ ਨੂੰ ਤੋਂ ਬਿਨਾਂ ਉਹ ਦਿੰਦੇ ਨੀਗੇ ਜੇ ਲੇਡੀਜ਼ ਹੋਣ ਵਗੈਰਾ ਨਾਲ ਤਾਂ ਸੌਖਾ ਮਿਲ ਜਾਂਦਾ ਅਤੇ ਤਾਂ ਕਰਕੇ ਅਸੀਂ ਕੋਈ ਦਿੱਕਤ ਵੀ ਪੰਗਾ ਨਾ ਪਵੇ ਅਤੇ ਬਾਕੀ ਨਹਾ ਧੋ ਲਿਆ ਵਧੀਆ ਚਾਰਜ ਵਗੈਰਾ ਫੋਨ ਕਰਕੇ ਹੁਣ ਦੇਖਦੇ ਹਾਂ ਗੁਰਦੁਆਰਾ ਸਾਹਿਬ ਕਦੇ ਦਰਸ਼ਨ ਕਰਕੇ ਆਉਣੇ ਨੀਚੇ ਜਾ ਕੇ ਅਤੇ ਸਵੇਰੇ ਮਾੜਾ ਦੇਖਦੇ ਹਾਂ ਵੀ ਕਿੰਨੇ ਵਜੇ ਆਪਾਂ ਚੱਲੀਏ ਗੋਬਿੰਦ ਧਾਮ ਵਾਸਤੇ ਅਤੇ ਉਹਦਾ ਸਾਰਾ ਦੇਖਿਆ ਜਾਊਗਾ ਹੁਣ ਚੱਲਦੇ ਹਾਂ ਨੀਚੇ ਹਜੇ ਸਾਨੂੰ ਗੁਰਦੁਆਰਾ ਸਾਹਿਬ ਦਿਖਿਆ ਤਾਂ ਹੈ ਨੀਗਾ ਜਾ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਸਾਡੇ ਨਾਲ ਹੀ ਬੰਦੇ ਆਪਣੇ ਆਉਂਦੇ ਆ ਪਿੱਛੇ ਪਿੱਛੇ ਤੁਰੇ ਹਨੇਰਾ ਗਾ ਥੋੜ੍ਹਾ ਜਿਹਾ ਥੋੜ੍ਹਾ ਐਡਜਸਟ ਕਰ ਲਿਓ ਚੱਲ ਆ ਗੋਬਿੰਦ ਘਾਟ ਨਹੀਂ ਹੈਗਾ ਚੱਲ ਨਹੀਂ ਰਿਹਾ ਏਟੀਐਮ ਗੁਰਦੁਆਰਾ ਸਾਹਿਬ ਸ਼੍ਰੀ ਗੋਬਿੰਦ ਘਾਟ ਦਾ ਆਹੋ ਸਹੀ ਹੈ